ਚੁਟਾਲਾ ਸਾਹਿਬ ਬੈਠੇ ਆ, ਢੀਂਡਸਾ ਸਾਹਿਬ ਬੈਠੇ ਆ, ਭੁੰਦੜ ਸਾਹਿਬ ਬੈਠੇ ਆ, ਸਾਰੀ ਪੁਰਾਣੀ ਲੀਡਰਸ਼ਿਪ ਬੈਠੀ ਹੈ। ਜੋ ਕਮਿਟਮੈਂਟ ਲੈਵਲ ਪੁਰਾਣੀ ਲੀਡਰਸ਼ਿਪ ਦੀ ਸੀ ਅਤੇ ਹੈ, ਮੈਂ ਦੇਖਿਆ ਆਪਣੀ ਜਿਹੜੀ ਨਵੀਂ ਲੀਡਰਸ਼ਿਪ ਪੈਦਾ ਹੋ ਰਹੀ ਹੈ ਉਹਦੀ ਉਨੀ ਕਮਿਟਮੈਂਟ ਨਹੀਂ ਹੈ। ਅੱਜ ਕੱਲ੍ਹ ਤਾਂ ਮਿੰਟ ਲਾਉਂਦੇ ਆ, ਆਹ ਪਾਰਟੀ ਨੇ ਨਹੀਂ ਦਿੱਤਾ, ਆਹ ਨਹੀਂ ਕੀਤਾ, ਚਲੋ ਦੂਜੀ ਪਾਰਟੀ ਲੱਭੀਏ, ਦੂਜੀ ਨਹੀਂ ਆ ਤੀਜੀ ਪਾਰਟੀ ਲੱਭੀਏ। ਦੇਖੋ 70 ਸਾਲ ਇੱਕ ਪਾਰਟੀ ਦੀ ਸੇਵਾ ਕਰਨੀ, 16-16 ਸਾਲ ਜੇਲ੍ਹਾਂ ਕੱਟਣੀਆਂ, ਉਦੋਂ ਕਾਂਗਰਸ ਪਾਰਟੀ ਦੀ, ਉਦੋਂ ਇੰਦਰਾ ਗਾਂਧੀ ਜਿਹੜੇ ਵੀ ਹੁੰਦੇ ਸੀ, ਉਹਨੇ ਕਈ ਵਾਰ ਕਿਹਾ ਤੁਸੀਂ ਆਹ ਮਸਲਾ ਛੱਡ ਦਿਓ, ਭਾਵੇਂ ਪੰਜਾਬ ਦਾ ਰਾਜ ਤੁਸੀਂ ਰੱਖ ਲਓ, ਪਰ ਵੱਡੇ ਬਾਦਲ ਸਾਹਿਬ ਦੀ ਸੋਚ ਹੀ ਰਾਜ ਨਹੀਂ ਚਾਹੀਦਾ ਸਾਨੂੰ, ਆਪਣੇ ਹੱਕ ਚਾਹੀਦੇ ਹੈ। ਦੇਖੋ 16 ਸਾਲ ਜੇਲ੍ਹ ਕੱਟਣੇ, ਇੱਥੇ ਤਾਂ 6 ਮਹੀਨੇ ਨਹੀਂ ਕੱਟੇ ਜਾਂਦੇ, 2 ਮਹੀਨੇ ਨਹੀਂ ਕੱਟੇ ਜਾਂਦੇ, 16-16 ਸਾਲ ਜੇਲ੍ਹ। ਢੀਂਡਸਾ ਸਾਹਿਬ ਬੈਠੇ ਆ, ਭੁੰਦੜ ਸਾਹਿਬ ਬੈਠੇ ਆ, ਕਈ ਸੀਨੀਅਰ ਲੀਡਰਸ਼ਿਪ ਬੈਠੀ ਹੈ, ਕਿਤੇ ਤਾਮਿਲਨਾਡੂ ਜੇਲ੍ਹ 'ਚ, ਕਿਤੇ ਜਬਲਪੁਰ ਜੇਲ੍ਹ 'ਚ, ਕਿਤੇ ਮਹਾਰਾਸ਼ਟਰਾ ਜੇਲ੍ਹ 'ਚ। ਮੈਨੂੰ ਯਾਦ ਹੈ ਤਾਮਿਲਨਾਡੂ ਜੇਲ੍ਹ 'ਚ ਬਾਦਲ ਸਾਹਿਬ ਨੂੰ ਕੋਇੰਬਟੂ ਰੱਖਿਆ ਗਿਆ, ਮੇਰੇ ਮਦਰ ਅਤੇ ਮੈਂ, ਸਾਨੂੰ ਮਿਲ ਨਹੀਂ ਦਿੱਤਾ ਜਾਂਦਾ ਸੀ, 6-6 ਮਹੀਨੇ ਬਾਅਦ ਟਾਈਮ ਮਿਲਦਾ। ਅਤੇ ਮੈਨੂੰ ਯਾਦ ਹੈ ਜਿਹੜੀ ਅਸੀਂ ਜਦੋਂ ਮਿਲ ਜਾਂਦੇ ਕੋਇੰਬਟੂਰ, ਮੈਂ ਤਾਂ ਮੇਰੇ, ਮੈਂ ਛੋਟਾ ਹੀ ਹੁੰਦਾ ਸੀ, ਮੇਰੇ ਮਦਰ ਇਕੱਲੇ ਹੁੰਦੇ ਸੀ, ਜਿਹੜੇ ਟੈਕਸੀ ਲੈਂਦੇ ਉਦੋਂ ਪੁਲਿਸ ਵਾਲੇ ਟੈਕਸੀ ਵਾਲਿਆਂ ਨੂੰ ਫੜ ਲੈਂਦੇ ਕਿ ਉਹਨਾਂ ਨੂੰ ਕੋਈ ਲੈ ਕੇ ਚੜਾਇਆ, ਰਿਕਸ਼ੇ ਵਾਲਿਆਂ ਨੂੰ ਫੜ ਲੈਂਦੇ, ਸਾਨੂੰ ਕੋਈ ਕਮਰਾ ਨਹੀਂ ਦਿੰਦਾ ਸੀ। ਮੈਨੂੰ ਯਾਦ ਹੈ ਬੀਬੀ ਜੀ ਨੇ ਜੋਰਜ ਫਰਨੈਂਡਸ ਜੀ ਨਾਲ ਗੱਲ ਕੀਤੀ, ਸਾਡੇ ਕੋਲ ਕੋਈ, ਉਹ ਸਾਨੂੰ ਕੋਈ ਜਾਣਦਾ ਨਹੀਂ ਉੱਥੇ ਕੋਇੰਬਟੂਰ, ਫਿਰ ਉਹਨਾਂ ਨੇ ਆਪਣਾ, ਉਹਨਾਂ ਦਾ ਵਰਕਰ ਸੀ ਜੋਰਜ ਫਰਨੈਂਡਸ ਜੀ ਦਾ, ਉਹਦਾ ਐਡਰੈਸ ਦਿੱਤਾ ਸੀ, ਉਹਨਾਂ ਦੇ ਘਰੇ ਲਏ, ਉਹ ਆਪਣੀ ਗੱਡੀ 'ਚ ਲੈ ਕੇ ਸਾਨੂੰ ਜੇਲ੍ਹ ਲੈ ਕੇ ਜਾਂਦੇ ਸੀ। ਦੇਖੋ ਉਹ ਜ਼ਮਾਨੇ, ਉਸ ਕਮਿਟਮੈਂਟ ਲੈਵਲ ਦੇਖੋ ਅੱਜ ਨਹੀਂ ਹੈ। ਆਹ ਚੀਜ਼ਾਂ ਆਪਾਂ ਨੂੰ, ਕੋਈ ਵੀ ਪਾਰਟੀ ਨੂੰ ਤਕੜਾ ਰੱਖਣਾ ਹੈ, ਲੋਇਲਟੀ ਬਹੁਤ ਜ਼ਰੂਰੀ ਹੈ ਜਿਹੜੀ ਇਹਨਾਂ ਵਿੱਚ ਸੀ। ਅਤੇ ਅਖੀਰ 'ਚ ਜਿਵੇਂ ਸਾਰੇ ਪਤਾ ਹੀ ਹੈ, ਨਾ ਘੜੀ ਬੰਨ੍ਹਦੇ ਸੀ ਅਤੇ ਨਾ ਜੇਬ 'ਚ ਪੈਸਾ ਸੀ, ਉਹਨੇ ਕਿਤੇ ਜੇਬ 'ਚ ਵਾਲਟ ਨਹੀਂ ਰੱਖਿਆ ਅਤੇ ਨਾ ਘੜੀ ਸੀ। ਅਤੇ ਮੈਂ ਕਹਿੰਦਾ ਜਿਨ੍ਹਾਂ ਦੀ ਘੜੀ ਬੰਨ੍ਹੀ ਹੈ ਉਹਨਾਂ ਨੂੰ ਫੇਲ ਕਰ ਦਿੰਦੇ ਸੀ, ਕਿਤੇ ਜ਼ਿੰਦਗੀ 'ਚ ਪੈਸੇ ਨਾਲ ਲਾਲਚ ਹੀ ਨਹੀਂ ਸੀ, ਪੈਸੇ ਨਾਲ ਲਾਲਚ ਹੀ ਨਹੀਂ ਸੀ। ਮੈਂ ਉਹਨਾਂ ਦੀ ਇੱਕ ਗੱਲ ਦੱਸਣਾ ਚਾਹੁੰਦਾ ਇਸ ਪੁਆਇੰਟ 'ਤੇ ਵੀ, ਜਦੋਂ ਆ ਚੀਫ ਮਿਨਿਸਟਰ ਹਟੇ ਅਤੇ ਮੈਂ ਦੇਖਿਆ ਇਹਨਾਂ ਦੀ ਹੁਣ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਪੂਰੀ ਜ਼ਿੰਦਗੀ ਇਹਨਾਂ ਨੇ ਸਿਆਸਤ ਕੀਤੀ ਹੈ, ਘਰੇ ਬਹਿਣਾ ਬੜਾ ਔਖਾ। ਮੈਂ ਕਿਹਾ ਜਿਹੜਾ ਇਨਸਾਨ ਘਰੇ ਬਹਿ ਜਾਂਦਾ ਹੈ ਉਹਦਾ ਆਟੋਮੈਟਿਕਲੀ ਲਾਈਫ ਸ਼ੋਰਟ ਹੋਣ ਲੱਗ ਜਾਂਦੀ ਹੈ, ਘਬਰਾਹਟ ਹੋ ਜਾਂਦੀ। ਮੈਂ ਕਿਹਾ ਜੀ ਬਾਦਲ ਸਾਹਿਬ, ਮੈਂ ਉਹਨਾਂ ਕੋਲ ਅੱਗੇ ਬੇਨਤੀ ਕਰਨ ਗਿਆ ਕਿ ਤੁਸੀਂ ਜੀ ਸਾਰੀ ਖੇਤੀ ਹੁਣ ਤੁਸੀਂ ਸੰਭਾਲੋ, ਕਿਉਂਕਿ ਸਿਆਸਤ ਤੱਕ ਕਿਹੜੀ ਖੇਤੀ ਸੰਭਾਲੀ ਸੀ। ਮੈਂ ਕਿਹਾ ਸਾਰਾ ਬਾਗ, ਬਾਲਾ ਸਰ ਫਾਰਮ, ਬਾਦਲ ਫਾਰਮ ਸਾਰਾ ਹੁਣ ਤੁਹਾਡੇ ਜੁੰਮੇ ਹੈ, ਆ ਪਸ਼ੂ ਉਹਨਾਂ ਨੇ ਜਾਨਵਰ ਰੱਖੇ, ਸਾਰਾ ਕੁਝ ਰੱਖਿਆ ਉਹਨਾਂ ਕੋਲ। ਉਹ ਕਹਿੰਦੇ ਜੀ ਮੈਂ ਇੱਕ ਸ਼ਰਤ 'ਤੇ ਆ ਕੰਮ ਕਰੂੰ। ਮੈਂ ਕਿਹਾ ਜੀ ਦੱਸੋ ਕੀ ਸ਼ਰਤ ਹੈ ਤੁਹਾਡੀ। ਉਹ ਕਹਿੰਦੇ ਜਿਹੜੀ ਆਮਦਨ ਆਊਗੀ, ਸੇਲ ਹੋਊਗੀ ਉਹ ਮੇਰੀ, ਜਿਹੜਾ ਖਰਚਾ ਹੋਊਗਾ ਉਹ ਤੇਰਾ। ਮੈਂ ਕਿਹਾ ਚਲੋ ਠੀਕ ਹੈ ਜੀ। ਸੋ ਜਿਹੜਾ ਖਰਚਾ ਸੀ ਉਹ ਮੈਂ ਕਰਦਾ ਸੀ, ਜਿੰਨੀ ਸੇਲ ਆਉਂਦੀ ਸੀ ਸਾਰਾ ਪੈਸਾ ਸ਼ਾਮ ਤੱਕ ਆਪਣੇ ਕੋਲ ਮੰਗਾ ਲੈਂਦੇ ਸੀ। ਫਿਰ ਉਹ ਕੀ ਕਰਦੇ ਸੀ, ਇੱਥੇ ਬਹਿ ਜਾਂਦੇ ਇਕੱਠੀ,
ਜਿਹੜੀ ਕੋਈ ਲੜਕੀ ਆਉਂਦੀ ਕਿਸੇ ਮੇਰੇ ਕੋਲ ਐਡਮਿਸ਼ਨ ਵਾਸਤੇ ਪੈਸਾ ਨਹੀਂ, ਲਓ 20,000 ਰੁਪਇਆ, ਹਸਪਤਾਲ 'ਚ ਸਾਡੇ ਪੈਸੇ ਦੀ ਕਮੀ ਉਹਨੂੰ ਦੇ ਦਿਓ, ਸਾਰਾ ਪੈਸਾ ਉਹਨਾਂ ਨੇ ਉਵੇਂ ਹੀ ਵੰਡ ਦਿੰਦੇ ਸੀ ਲਗਾਤਾਰ ਜਿੰਨੇ ਦਿਨ ਰਹੇ ਆ। ਅੱਛਾ, ਉਹਨਾਂ ਦੇ ਜਾਣ ਦੇ ਬਾਅਦ ਉਹ ਸਾਰੀ ਸੰਗਤ ਹੁਣ ਮੇਰੇ ਕੋਲ ਆਉਣ ਲੱਗ ਗਈ, ਕਹਿੰਦੇ ਬਾਦਲ ਸਾਹਿਬ ਦਿੰਦੇ ਹੁੰਦੇ ਸੀ, ਤੁਸੀਂ ਵੀ ਦਿਆ ਕਰੋ। ਦੇਖੋ ਉਹਨਾਂ ਦੀ ਸੋਚ ਕੀ ਸੀ, ਉਹਨਾਂ ਨੇ ਸਾਰਾ ਕੁਛ ਹੀ। ਦੂਜੀ ਗੱਲ ਮੈਂ ਤੁਹਾਨੂੰ ਉਹਨੇ ਦੱਸਣਾ ਚਾਹੁੰਦਾ, ਉਹਨੇ ਲਾਈਫ ਛੋਟ ਬਹੁਤ ਐਕਸਪੀਰੀਅੰਸ ਹੈ। ਜਦੋਂ ਕੋਵਿਡ ਹੋਇਆ ਉਦੋਂ ਤਾਂ ਕੋਈ ਘਰੋਂ ਨਹੀਂ ਨਿਕਲਦਾ ਸੀ, ਡਰਦਾ ਸੀ, ਐਂ ਲੱਗਦਾ ਸੀ ਕਿਹਦੇ ਕੋਲ ਦੇਖ ਵੀ ਲਈਏ ਤਾਂ ਬੰਦਾ ਮਰ ਜੂਗਾ। ਉਹ ਕਹਿੰਦੇ ਕਿਵੇਂ ਮੈਂ ਸੰਭਾਲਾਂ, ਜੇ ਉਹਨੇ ਸੇਵਾ ਭਾਵਨਾ। ਉਹ ਹਰ ਰੋਜ਼ DC ਮੁਕਤਸਰ ਨੂੰ ਫੋਨ ਕਰਦੇ ਸੀ ਕਿ ਲਿਸਟ ਮੰਗਵਾਉਂਦੇ ਸੀ ਅੱਜ ਮੁਕਤਸਰ ਜ਼ਿਲ੍ਹੇ 'ਚ ਕਿਹਨੂੰ ਕੋਵਿਡ ਹੋਇਆ, ਕਿਉਂਕਿ ਉਦੋਂ ਹਰ ਬੰਦੇ ਦਾ ਨਾਂ ਆਉਂਦਾ ਸੀ। ਅਤੇ ਉਹ ਅੱਛਾ ਉਹਦਾ ਲਿਸਟ ਬਣਾ ਕੇ ਉਹਦਾ ਨੰਬਰ ਮੰਗਾ ਕੇ ਫਿਰ ਟੈਲੀਫੋਨ ਕਰਦੇ ਸੀ ਕਿ ਦੱਸ ਕਾਕਾ ਤੈਨੂੰ ਕਿਸ ਚੀਜ਼ ਦੀ ਲੋੜ ਹੈ, ਜੇ ਤੁਹਾਡੇ ਘਰ ਰੋਟੀ ਨਹੀਂ ਪੱਕਦੀ ਮੈਂ ਰੋਟੀ ਭੇਜੂੰਗਾ, ਜੇ ਦਵਾਈ, ਉਦੋਂ ਦਵਾਈਆਂ ਵੀ ਨਹੀਂ ਮਿਲਦੀਆਂ, ਕਈ ਕਈ ਵਾਰ ਇੰਜੈਕਸ਼ਨ ਨਹੀਂ ਮਿਲਦੇ ਹੁੰਦੇ ਸੀ। ਫਿਰ ਉਹਨਾਂ ਨੇ ਸਾਰੇ ਲੱਭ ਕੇ ਇੰਜੈਕਸ਼ਨ ਲੱਭ ਕੇ ਦਵਾਈਆਂ ਇੱਥੇ ਟੀਮਾਂ ਘਰ ਬਣਾਈਆਂ ਸੀ ਲਗਾਤਾਰ ਕੋਵਿਡ ਦੇ ਟਾਈਮ, ਕਿਉਂਕਿ ਬਾਕੀ ਪੰਜਾਬ ਤੋਂ ਨਹੀਂ ਕਰ ਸਕਦੇ, ਕਹਿੰਦੇ ਮੈਂ ਮੁਕਤਸਰ ਜ਼ਿਲ੍ਹੇ ਨੂੰ ਮੈਂ ਉਹਦਾ ਸੰਭਾਲਾਂ। ਦੇਖੋ ਆਹ ਹੈ ਲੀਡਰਸ਼ਿਪ, ਸਹੀ ਮਿਹਨਤ ਦੇ ਉਹ ਸਿਆਸਤ ਵਿੱਚ ਸੇਵਾ ਕਰਨ ਵਾਸਤੇ ਆਏ ਆ। ਦੇਖੋ ਜਿੰਨੀ ਉਹਨਾਂ ਕੋਲ ਬੈਕਗਰਾਊਂਡ ਸੀ, ਉਹਨਾਂ ਦਾ ਮਤਲਬ ਇੱਥੇ ਆਏ ਸੇਵਾ। ਅੱਜ ਕੱਲ੍ਹ ਸਿਆਸਤ 'ਚ ਆਉਂਦੇ ਆ ਪਾਵਰ ਵਾਸਤੇ, ਉਹਨਾਂ ਨੂੰ ਉਹਨਾਂ ਵਾਸਤੇ ਪਾਵਰ ਹੈ ਹੀ ਨਹੀਂ ਸੀ, ਸਵੇਰੇ ਨਿਕਲ ਜਾਂਦੇ। ਜੇ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿਤੇ ਗੜੇ ਪਏ ਹੋਣ, ਲੋਕਾਂ ਨੂੰ ਬਾਅਦ 'ਚ ਪਤਾ ਲੱਗਦਾ ਸੀ, ਸਵੇਰੇ ਉਹ ਆਪ ਖੇਤ ਹੁੰਦੇ ਸੀ ਕਿ ਤੁਹਾਡੇ ਗੜੇ ਪੈ ਕੇ ਪਿੰਡ ਵਾਲੇ ਬਾਅਦ 'ਚ ਆਉਂਦੇ ਸੀ ਸੀ। ਉਹਨਾਂ ਦਾ ਜਿਹੜਾ ਜੀਵਨ ਹੈ, ਅੱਜ ਸਾਰੀ ਪਾਰਟੀ ਇਕੱਠੀ ਹੈ, ਸਾਰੇ ਪੋਲੀਟੀਕਲ ਪਾਰਟੀ ਸਾਰੀਆਂ ਬੈਠੀਆਂ। ਮੈਨੂੰ ਲੱਗਦਾ ਇੱਕੋ ਗੱਲ ਗਾਣਾ ਆਇਆ ਸੀ ਨਾ, ਕਿਤੇ ਕਿਤੇ ਰੱਬ ਪੈਦਾ ਕਰਦਾ ਬਾਦਲ ਵਰਗਾ ਇਨਸਾਨ। ਮੈਂ ਐਂ ਨਹੀਂ ਕਹਿ ਰਿਹਾ ਕਿ ਮੇਰੇ ਪਿਤਾ, ਉਹ ਤਾਂ ਸਾਰਿਆਂ ਦੇ ਆ, ਹਰ ਇਨਸਾਨ ਨੂੰ ਆਪਣੇ ਪਿਤਾ ਜੀ ਵਾਸਤੇ ਸਾਰਾ ਲਾਭ ਹੁੰਦੇ ਆ, ਪਰ ਮੈਂ ਸਹੀ ਕਹਿਣਾ ਕਿਤੇ ਕਿਤੇ ਰੱਬ ਪੈਦਾ ਕਰਦਾ ਬਾਦਲ ਸਾਹਿਬ ਵਰਗਾ ਇਨਸਾਨ। ਕਿਸੇ ਪਾਰਟੀ ਦੇ ਪੁੱਛ ਲਓ, ਅਕਰੋਸ ਪਾਰਟੀ ਲਾਈਨ, ਉਹਨਾਂ 'ਚ ਇੱਕ ਤਾਂ ਗੁੱਸਾ ਨਹੀਂ ਸੀ, ਇੱਕ ਰਿਵੈਂਜਫੁੱਲ ਨਹੀਂ ਸੀ। ਉਹ ਤਾਂ ਮੈਂ ਸਹੀ ਮਾਇਨੇ ਤੋਂ ਦੱਸਾਂ, ਜਦੋਂ ਮੈਂ ਸਿਆਸਤ 'ਚ ਆਇਆ ਉਦੋਂ ਮੈਨੂੰ ਵੀ, ਮੈਂ ਥੋੜ੍ਹਾ ਹੋਰ ਸੀ, ਪਰ ਜਦੋਂ ਉਹਨਾਂ ਦੇ ਥੱਲੇ ਕੰਮ ਕੀਤਾ 15-10 ਸਾਲ, ਬਿਲਕੁਲ ਹੀ ਚੇਂਜ। ਮੈਂ ਇਕੱਲਾ ਬੈਠੇ ਬੈਠੇ ਮੀਟਿੰਗ ਦੇਖਦਾ ਰਹਿੰਦਾ ਸੀ ਕਿ ਲੋਕ ਤੱਤੇ ਉੱਬਲਦੇ ਆਉਂਦੇ ਸੀ ਕਮਰੇ 'ਚ, ਐਂ ਬਰਫ਼ ਵਾਂਗੂ ਠੰਡੇ ਜਾਂਦੇ ਸੀ 5 ਮਿੰਟ 'ਚ, ਉੱਬਲਦੇ ਆਉਂਦੇ ਸੀ। ਕਈ ਵਾਰ ਜਸਦਰ ਸਾਡਾ ਨਹੀਂ ਕੀਤਾ, ਨਹੀਂ ਕਿ ਬਸ ਗੱਲਾਂ 'ਚ ਹੀ। ਅੱਛਾ ਹੁਣ ਮੈਨੂੰ ਲੱਗਦਾ ਜਿਹੜੇ ਆਉਂਦੇ ਸੀ ਉਹਨੂੰ ਐਂ ਨਹੀਂ ਪਤਾ ਸੀ ਆਏ ਕਿਸ ਵਾਸਤੇ ਹੈ,